ਮਰਨ ਕਬੂਲ ਪਹਿਲਾਂ, ਮਰਨ ਕਬੂਲ ਪਹਿਲਾਂ। ਜੋ ਬਾਹਰ ਬੈਠੇ ਹੋ ਵੀ ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ। ਹੋ ਸਪਨਾ ਕੀ ਰੇਣੁਕਾ, ਹੋ ਸਪਨਾ ਕੀ ਰੇਣੁਕਾ, ਹੋ ਸਪਨਾ ਕੀ ਰੇਣੁਕਾ, ਹੋ ਸਪਨਾ ਕੀ ਰੇਣੁਕਾ। ਤੂੰ ਆਓ ਹਮਾਰੇ ਪਾਸ, ਤੂੰ ਆਓ ਹਮਾਰੇ ਪਾਸ, ਤੂੰ ਆਓ ਹਮਾਰੇ ਪਾਸ, ਤੂੰ ਆਓ ਹਮਾਰੇ ਪਾਸ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੂੰ ਆਓ ਹਮਾਰੇ ਪਾਸ। ਸਤਿਗੁਰੂ ਬਖਸ਼ਿਸ਼ ਕਰਨ ਇਹ ਪਵਿੱਤਰ ਸਥਾਨ 'ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਬਹੁਤ ਚਾਅ ਮਾਤਾ ਪਿਤਾ ਜੀ ਨੂੰ, ਪਰ ਜਨਮ ਤੋਂ ਬਾਅਦ ਕੁਝ ਕੁ ਸਮੇਂ ਬਾਅਦ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਤਿਹਾਸ ਤੁਸੀਂ ਸੁਣਿਆ ਹੁੰਦਾ, ਕੇਵਲ 5-4 ਸਮਾਂ ਵੀ ਪੂਰਾ ਸੁਰਾ ਹੁੰਦਾ ਹੈ। ਤੇ ਮਾਤਾ ਜੀ ਨੇ ਗੁਰਬਾਣੀ ਦੀਆਂ ਲੋਰੀਆਂ ਦੇਣੀਆਂ, ਗੁਰਬਾਣੀ ਦੀਆਂ ਲੋਰੀਆਂ ਤੇ ਪ੍ਰਸ਼ਾਦਾ ਛਕਾਉਣਾ, ਪ੍ਰੇਮ ਦੇ ਨਾਲ ਨਾਮ ਜਪਦਿਆਂ ਜਪਦਿਆਂ ਪ੍ਰਸ਼ਾਦਾ ਤਿਆਰ ਕਰਨਾ, ਤੇ ਨਾਮ ਜਪਦਿਆਂ ਜਪਦਿਆਂ ਹੀ ਭਾਈ ਤਾਰੂ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਉਣਾ ਪ੍ਰੇਮ ਦੇ ਵਿੱਚ। ਗੁਰਮੁਖੋ, ਇਹ ਵੀ ਚੀਜ਼ ਦਾ ਅਸਰ ਹੁੰਦਾ ਹੈ। ਅੱਜ ਅਸੀਂ ਕਹਿੰਦੇ ਹਾਂ ਸਾਡੇ ਬੱਚੇ ਕਹਿਣੇ ਵਿੱਚ ਨਹੀਂ, ਸਾਡੇ ਬੱਚੇ ਪਤਿਤ ਕਿਉਂ ਹੋ ਰਹੇ ਨੇ? ਸਤਸੰਗੀਏ, ਉਸੇ ਧਿਆਨ ਵੱਲ ਨਾਲ ਆਪਣੇ ਮਨਾਂ ਵੱਲ ਝਾਤੀ ਪਾਈਏ। ਜਦੋਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਰਸੋਈ 'ਚ ਪ੍ਰਸ਼ਾਦਾ ਤਿਆਰ ਕਰਦੀਆਂ ਨੇ, ਕੀ ਉਹ ਗੁਰਬਾਣੀ ਦਾ ਪਾਠ ਕਰਦੀਆਂ ਨਾਲ ਨਾਲ, ਜਾਂ ਕਥਾ ਕੀਰਤਨ ਸਰਵਣ ਕਰਦੀਆਂ ਨੇ? ਗੁਰਮੁਖੋ, ਕੋਲ ਰਿਮੋਟ ਪਿਆ ਹੁੰਦਾ ਹੈ, ਪ੍ਰਸ਼ਾਦੇ ਪਕਾਉਂਦੇ ਪਕਾਉਂਦੇ, ਸਬਜ਼ੀ ਬਣਾਉਂਦੇ ਬਣਾਉਂਦੇ, ਕਦੀ ਕੋਈ ਚੈਨਲ, ਕਦੀ ਕੋਈ ਚੈਨਲ, ਕਦੀ ਕੋਈ ਗਾਣਾ, ਕਦੀ ਕੋਈ ਗੀਤ, ਤੇ ਅਸੀਂ ਕਿੱਥੋਂ ਆਸ ਰੱਖਾਂਗੇ ਸਾਡੇ ਬੱਚੇ ਗੁਰਸਿੱਖ ਨਿਕਲ ਜਾਣ? ਕਿਵੇਂ ਆਸ ਰੱਖ ਸਕਦੇ ਹਾਂ? ਉਹ ਸਾਡੇ 'ਚ ਅੱਜ ਉਹ ਕਮੀ ਆ ਗਈ ਗੁਰਮੁਖੋ। ਤੇ ਕਹਿੰਦੇ ਮਾਂ ਨੇ ਉਂਗਲ ਦੇ ਨਾਲ ਫੜ ਕੇ ਨਾ
ਭਾਈ ਤਾਰੂ ਸਿੰਘ ਨੂੰ ਉਂਗਲ ਦੇ ਨਾਲ ਲਾਉਣਾ ਬਚਪਨ ਦੀ ਉਮਰ ਤੇ ਕਿੱਥੇ ਲੈ ਕੇ ਜਾਣਾ ਸਤਸੰਗੀਓ ਡਿੱਠੇ ਸੱਬੇ ਥਾਂ ਨਹੀਂ ਤੁਦ ਜਿਹੇ ਆ ਧੰਨ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਉੱਥੇ ਸਰੋਵਰ 'ਚ ਇਸ਼ਨਾਨ ਕਰਾਉਣਾ ਬੈਠ ਕੇ ਕੁਝ ਸਮਾਂ ਕੀਰਤਨ ਸੁਣਨਾ ਤੇ ਗਲ 'ਚ ਪੱਲਾ ਪਾ ਕੇ ਮਾਂ ਨੇ ਪਤਾ ਕੀ ਅਰਦਾਸ ਕਰਨੀ ਤੁਸੀਂ ਵੀ ਮਾਤਾਵਾਂ ਬੈਠੀਆਂ ਹੋ ਆਪਣੇ ਬੱਚਿਆਂ ਵਾਸਤੇ ਅਰਦਾਸ ਕਰਿਆ ਕਰੋ ਮਾਂ ਨੇ ਗਲ 'ਚ ਪੱਲਾ ਪਾ ਲੈਣਾ ਅਰਦਾਸ ਕਰਨੀ ਹੇ ਧੰਨ ਗੁਰੂ ਰਾਮਦਾਸ ਜੀ ਆਪ ਜੀ ਨੇ ਕਿਰਪਾ ਕੀਤੀ ਤਰਸ ਕੀਤਾ ਆਪ ਜੀ ਦੇ ਸਥਾਨ ਦੀ ਚਰਨ ਧੂੜ ਲੈਣ ਵਾਸਤੇ ਆਏ ਆ ਸਤਿਗੁਰ ਕਿਰਪਾ ਕਰਿਓ ਸਤਿਗੁਰ ਰਹਿਮਤ ਕਰਿਓ ਹੇ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਿਓ ਇਹ ਕਿਰਪਾ ਕਰਿਓ ਮੇਰੇ ਪੁੱਤਰ ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਭ ਜਾਵੇ ਗੱਜ ਕੇ ਆਖੋ ਸਤਨਾਮ ਮੇਰੇ ਪੁੱਤਰ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਭ ਜਾਵੇ ਉਹ ਮਾਂ ਦੀਆਂ ਅਰਦਾਸਾਂ ਫਿਰ ਕਹਿੰਦੇ ਦੋ ਭੈਣ ਭਰਾ ਭੈਣ ਦਾ ਨਾਮ ਸੀ ਤਾਰੂ ਪਿੱਛੇ ਗੁਰਮੁਖ ਇਹ ਸਮਾਂ ਹੁੰਦਾ ਸੀ ਜਿਵੇਂ ਗੁਰੂ ਨਾਨਕ ਜੀ ਨੂੰ ਅਸੀਂ ਮਾਤਾ ਪਿਤਾ ਨਾਮ ਰੱਖਿਆ ਨਾਨਕ ਤੇ ਭੈਣ ਦਾ ਨਾਮ ਸੀ ਨਾਨਕੀ ਏਦਾਂ ਇੱਧਰ ਭਾਈ ਤਾਰੂ ਸਿੰਘ ਨਾਮ ਭੈਣ ਦਾ ਨਾਮ ਤਾਰੂ ਲੋਕ ਭੈਣ ਭਰਾਵਾਂ ਦੇ ਨਾਮ ਉਦੋਂ ਰਲਦੇ ਮਿਲਦੇ ਰੱਖਦੇ ਸਨ ਸਮਾਂ ਬੀਤਿਆ ਜੀ ਖੇਤੀਬਾੜੀ ਸ਼ੁਰੂ ਕਰਤੀ ਜਵਾਨੀ ਦੀ ਉਮਰ ਦੇ ਵਿੱਚ ਸਮਾਂ ਬੀਤਦਾ ਜਾ ਰਿਹਾ ਜਿਹੜਾ ਵੀ ਲੋੜਵੰਦ ਆਉਂਦਾ ਉਹਦੀ ਮਦਦ ਕਰਦੇ ਨੇ 9 ਮਾਰਚ 1739 ਨੂੰ ਨਾਦਰ ਸ਼ਾਹ ਦਿੱਲੀ ਪਹੁੰਚਿਆ ਜੀ ਦਿੱਲੀ ਪਹੁੰਚ ਕੇ ਰੱਜ ਕੇ ਇਹਨੇ ਲੁੱਟਿਆ ਲੋਕਾਂ ਨੂੰ ਉਸ ਤੋਂ ਬਾਅਦ ਕੁੱਟਿਆ ਰੱਜ ਕੇ ਲੁੱਟਿਆ 5 ਮਈ 1739 ਨੂੰ ਇਹ ਵਾਪਸ ਦਿੱਲੀਓਂ ਲੁੱਟ ਕੇ ਗੁਰਮੁਖ ਤੁਰ ਪਿਆ ਲੁੱਟਦਾ ਮਾਲ ਹਿੰਦੂਆਂ ਦੇ ਬਹੁ ਬੇਟੀਆਂ ਲੁੱਟੀਆਂ ਨੇ ਉਹਨਾਂ ਨੂੰ ਕੈਦ ਕੀਤਾ ਤੇ ਉਹ ਵੀ ਵਾਪਸ ਪਰਤਿਆ ਅਖਨੂਰ ਦਾ ਇਲਾਕਾ ਹੈ ਚਨਾਬ ਦੇ ਕੋਲ ਚਨਾਬ ਦਰਿਆ ਦਾ ਨਾਮ ਅਖਨੂਰ ਦੇ ਕੋਲ ਜਦੋਂ ਸਿੰਘਾਂ ਨੂੰ ਪਤਾ ਲੱਗਾ ਸਿੰਘਾਂ ਨੇ ਇਹਦੇ ਉੱਤੇ ਹਮਲਾ ਕੀਤਾ ਇਹਦੇ ਲੁੱਟ ਦਾ ਮਾਲ ਲੁੱਟਿਆ ਲੜਕੀਆਂ ਨੂੰ ਛੁਡਾਇਆ ਤੇ ਘਰੋਂ ਘਰੀ ਪਹੁੰਚਾਇਆ ਪਰ ਇਹ ਸਿੰਘਾਂ ਦਾ ਪਿੱਛਾ ਨਹੀਂ ਕਰ ਸਕਿਆ ਨਾਦਰ ਸ਼ਾਹ ਕੁਝ ਵਿਗਾੜ ਵੀ ਨਹੀਂ ਸਕਿਆ ਪਰ ਗੁੱਸਾ ਬਹੁਤ ਕਹਿੰਦੇ ਲਾਹੌਰ ਪਹੁੰਚਿਆ ਜਕਰੀਏ ਖਾਂ ਦੇ ਕੋਲ ਨਾਦਰ ਸ਼ਾਹ ਜਦੋਂ ਜਕਰੀਏ ਖਾਂ ਦੇ ਕੋਲ ਪਹੁੰਚਿਆ ਨਾ ਤੇ ਉਹਨੇ ਸਾਰਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਇਹਦਾ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਕਹਿੰਦਾ ਰੋਟੀ ਲੈ ਜਾਓ ਪ੍ਰਸ਼ਾਦਾ ਲੈ ਜਾਓ ਤੇ ਖਾਨ ਬਹਾਦਰ ਜਕਰੀਆ ਖਾਂ ਕਹਿੰਦਾ ਕਿਉਂ ਨਾਦਰ ਸ਼ਾਹ ਜੀ ਕਿਉਂ ਕਹਿੰਦਾ ਪਹਿਲਾਂ ਮੇਰੇ ਕੋਲ ਬੈਠ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਕਹਿੰਦਾ ਕੀ ਕਹਿੰਦਾ ਇਹ ਲੰਮੇ ਕੇਸਾਂ ਵਾਲੇ ਲੰਬੇ ਦਾੜੇ ਵਾਲੇ ਕੌਣ ਨੇ ਅੱਜ ਤੱਕ ਹਰ ਇੱਕ ਬੰਦੇ ਨੇ ਮੇਰੇ ਅੱਗੇ ਗੋਡੇ ਟੇਕੇ ਨੇ ਹਰ ਕੋਈ ਮੇਰੇ ਕੋਲ ਡਰਦਾ ਹੈ ਇੱਥੋਂ ਤੱਕ ਮੁਹੰਮਦ ਰੰਗੀਲਾ ਦਿੱਲੀ ਦਾ ਹਾਕਮ ਉਹਨੇ ਵੀ ਮੇਰੇ ਅੱਗੇ ਗੋਡੇ ਟੇਕ ਦਿੱਤੇ ਉਹਦਾ ਮੈਂ ਤਾਜੋ ਤੋਸ ਤਖ਼ਤ ਵੀ ਲੁੱਟ ਲਿਆ ਕਰੋੜਾਂ ਦਾ ਮਾਲ ਲੁੱਟਿਆ ਪਰ ਇਹ ਕੌਣ ਨੇ ਲੰਬੇ ਦਾੜੇ ਲੰਮੇ ਕੇਸਾਂ ਵਾਲੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਰਸਤੇ ਵਿੱਚੋਂ ਤੇ ਉਸ ਵੇਲੇ ਜਕਰੀਆ ਖਾਂ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਕਹਿੰਦਾ ਇਹਨਾਂ ਦਾ ਘਰ ਬਾਰ ਕਿੱਥੇ ਨੇ ਇਹ ਰਹਿੰਦੇ ਕਿੱਥੇ ਨੇ ਕਹਿੰਦੇ ਇਹ ਜੰਗਲਾਂ 'ਚ ਰਹਿੰਦੇ ਨੇ ਗੁਰੂ ਵੱਲੋਂ ਇਹਨਾਂ ਨੂੰ ਆਪੇ ਹਿਆਤ ਮਿਲਿਆ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕ ਨਵੇਕਲਾ ਖਾਲਸਾ ਸਾਜਿਆ
ਨਵੇਕਲਾ ਇਹ ਕਿਸੇ ਨੂੰ ਮੰਨਦੇ ਨਹੀਂ, ਇਹ ਕਿਸੇ ਕੋਲ ਜਾਂਦੇ ਨਹੀਂ। ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪਰੀ ਨਹਾਵੇ। ਕਹਿੰਦੇ ਇਹ ਗੰਗਾ ਜਮਨਾ ਕਦੀ ਜਾਂਦੇ ਨਹੀਂ, ਆਪਣੇ ਗੁਰੂ ਦੀ ਛਪਰੀ ਨਹਾ, ਭਾਵ ਗੁਰੂ ਰਾਮਦਾਸ ਦੇ ਦਰ ਤੋਂ ਸਵਾਏ ਹੋਰ ਕਿਤੇ ਨਹੀਂ ਜਾਂਦੇ, ਉੱਥੇ ਜਾ ਕੇ ਇਸ਼ਨਾਨ ਕਰਦੇ ਨੇ। ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪਰੀ ਨਹਾਵੇ। ਜਗਨਨਾਥ ਕੋ ਟੁੰਡਾ ਆਖੇ ਰਾਮ ਕਿਸ਼ਨ ਕਦੇ ਜਾਪ ਨਾ ਭਾਖੇ। ਰਾਤ ਤੁਰੇ ਦਿਨ ਬਹਿ ਰਹੇ ਤੁਰਕਣ ਆਖ ਬਚਾਹੀ, ਸਿਰ ਪਰ ਪੰਡ ਉਠਾਏ ਕੇ ਸਿੰਘਣ ਪਰ ਪਹੁੰਚਾਏ। ਤੇ ਕਹਿੰਦੇ ਇੰਨੀ ਤਾਕਤ, ਕਹਿੰਦੇ 1699 ਦੇ ਵਿੱਚ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਪੇ ਹਿਆ ਦਿੱਤਾ। ਦਾਸ ਇੱਕ ਮਿੰਟ ਇੱਧਰ ਆਵੇ ਗੁਰਮੁਖੋ, ਜਿਸ ਵੇਲੇ 1699 ਦੇ ਵਿੱਚ 80,000 ਤੋਂ ਵੱਧ ਇਕੱਠ ਸੀ ਨਾ, ਸਤਿਗੁਰੂ ਨੰਗੀ ਸ਼ਮਸ਼ੀਰ ਲੈ ਕੇ ਆਏ, ਇਤਿਹਾਸ ਸੁਣਿਆ ਹੁੰਦਾ ਤੁਸੀਂ। ਤੇ ਕਹਿੰਦੇ ਆਵਾਜ਼ ਦਿੱਤੀ, ਇੱਕ ਸਿਰ ਦੀ ਲੋੜ ਹੈ, ਇੱਕ ਸੀਸ ਦੀ ਲੋੜ ਹੈ। ਕਈ ਕਹਿੰਦੇ ਦੋ ਵਾਰ ਆਵਾਜ਼ਾਂ ਦਿੱਤਾ ਸਤਿਗੁਰੂ, ਕਈ ਕਹਿੰਦੇ ਤਿੰਨ ਵਾਰ ਦਿੱਤਾ। ਜਿਸ ਵੇਲੇ ਸਤਿਗੁਰੂ ਜੀ ਨੇ ਆਵਾਜ਼ਾਂ ਦਿੱਤਾ ਤੇ ਕਹਿੰਦੇ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਆ ਗਏ, ਗਲਤ ਪੱਲਾ ਪਾਇਆ, ਸਤਿਗੁਰੂ ਮੇਰਾ ਸੀਸ ਹਾਜ਼ਰ ਹੈ। ਤੇ ਸਤਿਗੁਰੂ ਕਹਿੰਦੇ ਲੜਨਾ ਆਉਂਦਾ ਹੀ? ਕਹਿੰਦਾ ਮਹਾਰਾਜ ਲੜਨਾ ਨਹੀਂ ਆਉਂਦਾ। ਕਹਿੰਦੇ ਨਾਮ ਕੀ ਤੇਰਾ? ਕਹਿੰਦਾ ਦਇਆ ਰਾਮ। ਕਿੱਥੋਂ ਆਇਆ? ਲਾਹੌਰ ਤੋਂ। ਕਹਿੰਦੇ ਲੜਨਾ ਨਹੀਂ ਆਉਂਦਾ? ਕਹਿੰਦਾ ਨਹੀਂ। ਸਤਿਗੁਰੂ ਕਹਿੰਦੇ ਜੂਝਣਾ ਆਉਂਦਾ ਹੀ? ਕਹਿੰਦਾ ਮਹਾਰਾਜ ਉਹ ਕੀ ਹੁੰਦਾ? ਸਤਿਗੁਰੂ ਕਹਿੰਦੇ ਲੱਖਾਂ ਨਾਲ ਮੁਕਾਬਲਾ ਕਰਨਾ ਆਉਂਦਾ ਹੀ? ਕਹਿੰਦਾ ਮਹਾਰਾਜ ਉਹ ਕਿਵੇਂ ਕਰੀਦਾ? ਤੇ ਬੜੀ ਨਿਮਰਤਾ ਨਾਲ ਕਹਿੰਦਾ ਸਤਿਗੁਰੂ ਮੈਨੂੰ ਲੜਨਾ ਵੀ ਨਹੀਂ ਆਉਂਦਾ, ਮੈਨੂੰ ਜੂਝਣਾ ਵੀ ਨਹੀਂ ਆਉਂਦਾ, ਮੈਨੂੰ ਲੱਖਾਂ ਨਾਲ ਮੁਕਾਬਲਾ ਵੀ ਨਹੀਂ ਕਰਨਾ ਆਉਂਦਾ, ਪਰ ਮੇਰਾ ਸੀਸ ਤੁਹਾਡੇ ਚਰਨਾਂ ਦੇ ਭੇਟਾ ਹੈ। ਫਿਰ ਸਤਿਗੁਰੂ ਤੰਬੂ ਚ ਲੈ ਗਏ। ਇਸੇ ਤਰ੍ਹਾਂ ਹੀ ਬਾਕੀ ਚਾਰ ਸਿੰਘ ਹੋਰ ਗੁਰਮੁਖੋ, ਸਤਿਗੁਰ ਨੇ ਫਿਰ ਉਹ ਖੰਡੇ ਬਾਟੇ ਦੀ ਭਾਉ ਦਿੱਤੀ ਇਹਨਾਂ ਨੂੰ। ਇਹ ਭਾਈ ਦਇਆ ਰਾਮ ਤੋਂ ਗੁਰਮੁਖੋ ਬਣ ਗਏ ਭਾਈ ਦਇਆ ਸਿੰਘ। ਉਦੋਂ ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਗਲ ਸਿੰਘ, ਭਾਈ ਸਾਹਿਬ ਸਿੰਘ ਜੀ। ਉਦੋਂ ਸਤਿਗੁਰ ਨੇ ਫਿਰ ਪਹਿਲਾਂ ਆਖਿਆ ਸੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ, ਕਹਿੰਦੇ ਦਇਆ ਰਾਮ ਕਰਦਾ ਕੀ ਸੀ ਤੂੰ, ਲਾਹੌਰ ਕਰਦਾ ਕੀ ਸੀ? ਇਹ ਆਖਣ ਲੱਗਾ ਬੜੀ ਨਿਮਰਤਾ ਦੇ ਨਾਲ ਸਹਿਜ, ਕਹਿੰਦੇ ਸਤਿਗੁਰੂ ਕਾਮ ਹਮਾਰਾ ਤੋਲਨ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿਰੀ ਉਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਹੁਣ ਜਦੋਂ ਅੰਮ੍ਰਿਤ ਛਕ ਕੇ ਭਾਈ ਦਇਆ ਰਾਮ ਤੋਂ ਬਣ ਗਏ ਭਾਈ ਦਇਆ ਸਿੰਘ, ਸਤਿਗੁਰੂ ਕਹਿੰਦੇ ਹੁਣ ਭਾਈ ਦਇਆ ਸਿੰਘ ਜੀ ਹੁਣ ਕਿਵੇਂ ਮਹਿਸੂਸ ਹੋ ਰਿਹਾ, ਹੁਣ ਕਿਵੇਂ ਪਤਾ ਕੀ ਕਹਿੰਦੇ? ਹੁਣ ਭਾਈ ਦਇਆ ਸਿੰਘ ਦਇਆ ਰਾਮ ਤੋਂ ਬਣ ਗਏ ਭਾਈ ਦਇਆ ਸਿੰਘ ਕੀ ਕਹਿੰਦੇ ਹੁਣ? ਕਹਿੰਦੇ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਇੱਕ ਇੱਕ ਨੂੰ ਧਰ ਲੂੰਗਾ ਸ਼ਮਸ਼ੀਰ ਕੇ ਆਗੇ, ਰੱਖ ਦੂੰਗਾ ਸੀਨਾ ਚੀੜ ਕੇ ਆਗੇ। ਉਹ ਸਤਿਗੁਰੂ ਦੁਨੀਆ ਝੁਕਦੀ ਹੈ ਤਕਦੀਰ ਕੇ ਆਗੇ, ਉਹ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ। ਵੇਖ ਲੋ ਤਾਕਤ ਕਿੱਥੋਂ? ਆਪੇ ਹੀ ਹੱਥ ਦੀ। ਇੱਧਰ ਜਕਰੀਆ ਖਾਨ ਗੁਰਮੁਖੋ ਨਾਦਰ ਸ਼ਾਹ ਨੂੰ ਇਹ ਸਾਰੀ ਗੱਲ ਦੱਸਦਾ ਪਿਆ। ਉਦੋਂ ਕਵੇ ਨਾਦਰ ਸ਼ਾਹ ਆਖਣ ਲੱਗਾ ਜਕਰੀਆ ਖਾਨ ਜੋ ਤੂੰ ਮੈਨੂੰ ਦੱਸਿਆ ਜੇ ਵਾਕਈ ਇਹ ਸੱਚ ਹੈ ਫਿਰ ਉਹ ਦਿਨ ਦੂਰ ਨਹੀਂ ਜਿੱਦਣ ਇਹ ਲੰਬੇ ਵਾਲਾਂ ਵਾਲੇ, ਲੰਬੇ ਕੇਸਾਂ ਵਾਲੇ, ਲੰਬੇ ਦਾੜੇ ਵਾਲੇ ਸਾਰੀ ਦੁਨੀਆ ਤੇ ਰਾਜ ਕਰਨਗੇ। ਗੱਜ ਕੇ ਆਖੂ ਸਤਨਾਮ, ਉਹ ਦਿਨ ਦੂਰ ਨਹੀਂ ਸਾਰੀ ਦੁਨੀਆ ਤੇ ਇਹ ਰਾਜ ਕਰਨਗੇ ਇੱਕ ਦਿਨ। ਕਹਿੰਦੇ ਨਾਦਰ ਸ਼ਾਹ ਚਲ ਗਿਆ ਆਪਣੇ ਦੇਸ਼ ਏਸ਼ੀਆ ਵੱਲ ਤੇ ਇੱਧਰ ਇਹਨੂੰ ਅੱਗ ਲੱਗ ਗਈ। ਅੱਗ ਇਹ ਕਹਿੰਦਾ ਸਾਰੀ ਦੁਨੀਆ ਤੇ ਰਾਜ ਕਰਨਗੇ। ਕਹਿੰਦਾ ਮੈਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣਾ, ਖੁਰਾ ਖੋਜ।
ਖੁਰਾ ਖੋਜ ਮਿਟਾ ਦੇਣਾ, ਇਹਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਰਤਨ ਸਿੰਘ ਭੰਗੂ ਜੀ ਗੁਰਮੁਖੋਂ ਲਿਖਦੇ ਨੇ, ਇਹਨੇ ਕੀ ਢੰਡੋਰਾ ਫੇਰਿਆ, ਜੋ ਸਿੰਘਣ ਕੇ ਦੱਸੇ ਗਰਾਮ, ਹਮ ਤੇ ਲੇਵੇ ਬਹੁਤ ਇਨਾਮ, ਲੂਟ ਗੂਟ ਇਨਕੀ ਮਾਫ ਕਰੀ, ਲਿਖਤ ਹਮਾਰੀ ਜਾਨੋ ਇਹ ਖਰੀ। ਕਹਿੰਦੇ ਜਿਹੜੇ ਸਿੰਘਾਂ ਦੇ ਮੈਨੂੰ ਕੋਈ ਨਗਰ ਦੱਸੇ, ਪਿੰਡ ਦੱਸੇ, ਮੈਂ ਉਹਨਾਂ ਨੂੰ ਵੱਡੇ ਇਨਾਮ ਦੇਵਾਂਗਾ, ਲੁੱਟ ਕੁੱਟ ਇਹਨਾਂ ਦੀ ਮਾਫ ਕਰ ਦਿੱਤੀ। ਕਹਿੰਦੇ ਲਿਖਤ ਹਮਾਰੀ ਜਾਨੋ ਇਹ ਖਰੀ, ਜਕੜੀਏ ਖਾਣੇ ਇਹ ਗੁਰਮੁਖ ਐਲਾਨ ਕਰ ਦਿੱਤਾ। ਉਹ ਸਮਾਂ ਸੀ ਜਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਉਹ ਸਮਾਂ ਸੀ। ਪਰ ਇੱਧਰ ਗੁਰਮੁਖ ਇਸ ਇਲਾਕੇ ਦੇ ਭਾਈ ਤਾਰੂ ਸਿੰਘ, ਫਿਰ ਵੀ ਗੁਰਮੁਖ ਇਤਫਾਕ ਇੰਨਾ ਸੀ, ਮੁਸਲਮਾਨ ਵੀ ਸਤਿਕਾਰ ਕਰਿਆ ਕਰਦੇ ਸਨ, ਹਿੰਦੂ ਵੀਰ ਵੀ ਸਤਿਕਾਰ ਕਰਿਆ ਕਰ, ਜੀਵਨ ਸੀ ਗੁਰਮੁਖ, ਲੰਗਰ ਹਰ ਵੇਲੇ ਚੱਲਦਾ ਰਹਿਣਾ, ਜੰਗਲਾਂ 'ਚ ਸਿੰਘਾਂ ਨੂੰ ਲੰਗਰ ਪਹੁੰਚਾਉਣਾ। ਦਸ ਇਤਿਹਾਸ ਵੱਲ ਨਹੀਂ ਗੁਰਮੁਖ, ਡਿਟੇਲ ਨਾਲ ਬਹੁਤ ਸਮਾਂ ਲੱਗੇਗਾ। ਉਨੀ ਦਿਨੀ ਫਿਰ ਗੁਰਮੁਖ ਇੱਥੇ ਸੇਵਾ ਕਰਦੇ ਹੋਏ ਨੇ। ਪੱਟੀ ਦਾ ਸੂਬੇਦਾਰ ਹੋਇਆ ਗੁਰਮੁਖ ਜਾਫਰ ਬੇਗ, ਪੱਟੀ ਦਾ ਸੂਬੇਦਾਰ। ਇਹ ਜਾਫਰ ਬੇਗ ਬਹੁਤ ਅਤਿਆਚਾਰ ਸੀ, ਲੋਕਾਂ ਨੂੰ ਬਹੁਤ ਤੰਗ ਕਰਦਾ ਸੀ। ਤੇ ਇੱਕ ਦਿਨ ਜਾ ਰਿਹਾ, ਉੱਥੋਂ ਦਾ ਰਹੀਮ ਬਖਸ਼ ਹੋਇਆ ਇੱਕ ਮਾਛੀ, ਮਾਛੀ ਗਰੀਬ, ਮਾਛੀ ਤੋਂ ਭਾਵ ਲੋਕਾਂ ਦੇ ਘਰ ਪਾਣੀ ਸਪਲਾਈ ਕਰਨ ਵਾਲਾ। ਇਹ ਰਹੀਮ ਬਖਸ਼ ਲੋਕਾਂ ਦੇ ਘਰ ਪਾਣੀ ਸਪਲਾਈ ਕਰਿਆ ਕਰਦਾ ਸੀ, ਕਿਉਂ? ਉਦੋਂ ਨਲਕੇ ਮੋਟਰਾਂ ਟੈਂਕੀਆਂ ਨਹੀਂ ਹੁੰਦੀਆਂ ਸਨ, ਇਸੇ ਤੇ ਲੋਕ ਪਾਣੀ ਸਪਲਾਈ ਕਰਦੇ ਸਨ ਲੋਕਾਂ ਦੇ ਘਰ, ਗਰੀਬ ਲੋਕ। ਇਹ ਰਹੀਮ ਬਖਸ਼ ਪਾਣੀ ਸਪਲਾਈ ਕਰਿਆ ਕਰਦਾ ਸੀ। ਕਹਿੰਦੇ ਇੱਕ ਦਿਨ ਇਹਦੀ ਧੀ ਸਲਮਾ, 16 ਸਾਲ ਦੀ ਉਮਰ ਹੈ, ਇਹ ਜਾ ਰਹੀ ਹੈ ਤੇ ਕਹਿੰਦੇ ਜਾਫਰ ਬੇਗ ਦੀ ਨਿਗਾਹ ਇੱਥੇ ਪਈ ਤੇ ਨੀਅਤ ਮਾੜੀ ਹੋ ਗਈ। ਜ਼ਬਰਦਸਤੀ ਸਲਮਾ ਨੂੰ, ਰਹੀਮ ਬਖਸ਼ ਦੀ ਧੀ ਨੂੰ ਉਠਾ ਲਿਆ ਗੁਰਮੁਖੋ। ਜਦੋਂ ਰਹੀਮ ਬਖਸ਼ ਨੂੰ ਪਤਾ ਲੱਗਾ, ਗਿਆ ਸੂਬੇਦਾਰ ਦੇ ਮਹਿਲਾਂ ਚ, ਗਿਆ ਜਾਫਰ ਬੇਗ ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਲਾਹੌਰ ਗਿਆ ਜਕੜੀਏ ਖਾਂ ਦੇ ਕੋਲ, ਉੱਥੇ ਸੁਣਵਾਈ ਨਹੀਂ ਹੋਈ। ਤੁਹਾਨੂੰ ਪਤਾ ਅੱਜ ਵੀ ਗਰੀਬਾਂ ਦੀ ਸੁਣਵਾਈ ਕਿੱਥੇ ਹੁੰਦੀ ਗੁਰਮੁਖੋ? ਕੋਈ ਗਰੀਬ ਨਿੱਕਾ ਜਿਹਾ ਕੋਈ ਪਾਪ ਕਰ ਦੇਵੇ, ਨਿੱਕਾ ਜਿਹਾ ਗਲਤ ਕੰਮ ਕਰ ਦੇਵੇ, ਕਿੱਡਾ ਵੱਡਾ ਇਸ਼ੂ ਬਣ ਜਾਂਦਾ ਹੈ। ਪਰ ਅਮੀਰ ਕੋਈ ਰਾਜਨੀਤਿਕ ਬੰਦੇ ਦਾ, ਕੋਈ ਪੁੱਤਰ ਦਾ, ਹੋਰ ਕੋਈ ਰਿਸ਼ਤੇਦਾਰ ਗਲਤ ਕੰਮ ਕਰਦਾ ਹੋਵੇ, ਪਰਦੇ ਪੈ ਜਾਂਦੇ ਨੇ, ਸਰਕਾਰਾਂ ਉਹਨਾਂ ਦੇ ਪਰਦੇ ਢੱਕ ਲੈਂਦੀਆਂ ਨੇ। ਇਹਦੀ ਕੋਈ ਸੁਣਵਾਈ ਨਹੀਂ ਹੋਈ ਤੇ ਇਹ ਰੋਂਦਾ ਹੋਇਆ ਗੁਰਮੁਖ ਵਾਪਸ ਆ, ਥੱਕਾ ਭੁੱਖਾ ਪਾਣਾ ਇਸ ਜਗ੍ਹਾ ਤੇ ਪਹੁੰਚਿਆ। ਰਾਤ ਪੈ ਗਈ ਤੇ ਪੁੱਛਦਾ ਕਿਸੇ ਨੂੰ, ਕਹਿੰਦੇ ਰਾਤ ਰਹਿਣਾ ਮੈਂ, ਕੋਈ ਹੈ ਇੱਥੇ ਘਰ ਇਹੋ ਜਿਹਾ ਜਿਹੜਾ ਰਾਤ ਮੈਨੂੰ ਰੱਖ ਲਵੇ? ਤੇ ਉਸ ਨੌਜਵਾਨ ਨੇ ਅੱਗੋਂ ਆਖਿਆ, ਹਾਂ, ਨੌਜਵਾਨ ਗੱਭਰੂ ਹੈ ਭਾਈ ਤਾਰੂ ਸਿੰਘ ਜੀ, ਬਹੁਤ ਹੀ ਗੁਰੂ ਨਾਨਕ ਜੀ ਦੇ ਪਿਆਰੇ ਨੇ, ਕਿਸੇ ਨਾਲ ਕੋਈ ਵਿਤਕਰਾ ਨਹੀਂ, 24 ਘੰਟੇ ਉਹਨਾਂ ਦੇ ਬੂਹੇ ਖੁੱਲੇ ਰਹਿੰਦੇ ਨੇ, ਜਦੋਂ ਵੀ ਕੋਈ ਆ ਜਾਵੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ ਨੇ, ਲੋੜਵੰਦਾਂ ਦੀ ਸਹਾਇਤਾ ਕਰਦੇ ਨੇ। ਉਹ ਫਲਾਣੀ ਜਗ੍ਹਾ ਕਰੇ, ਉੱਥੇ ਚਲਾ ਜਾ। ਉਹ ਆਇਆ ਜੀ, ਭਾਈ ਤਾਰੂ ਸਿੰਘ ਨੇ ਬੂਹਾ ਖੋਲਿਆ, ਬਿਠਾਇਆ, ਆਓ ਜੀ ਜੀ ਆਇਆ ਨੂੰ। ਕਹਿੰਦੇ ਜਲ ਛਕਾਇਆ, ਪ੍ਰਸ਼ਾਦਾ ਅੱਗੇ ਰੱਖਿਆ ਤੇ ਕਹਿੰਦਾ ਮੈਨੂੰ ਭੁੱਖ ਨਹੀਂ, ਰਹੀਮ ਬਖਸ਼ ਕਹਿੰਦਾ ਭੁੱਖ ਨਹੀਂ। ਵੇਖਿਆ ਚਿਹਰਾ ਉਤਰਿਆ ਹੋਇਆ, ਭਾਈ ਤਾਰੂ ਸਿੰਘ ਸਮਝ ਕੇ ਇਹ ਕਿਸੇ ਮੁਸੀਬਤ ਵਿੱਚ ਹੈ। ਕਹਿੰਦੇ ਭਲਿਆ ਦੱਸ ਕੀ ਗੱਲ ਹੈ, ਚਿਹਰੇ ਤੇ ਐਡੀ ਮਜੂਸੀ ਕਿਉਂ ਹੈ, ਚਿਹਰਾ ਐਡਾ ਪਰੇਸ਼ਾਨ ਕਿਉਂ, ਕੀ ਗੱਲ ਹੈ? ਤੇ ਕਹਿੰਦੇ ਆਖਣ ਲੱਗਾ, ਪਰੇਸ਼ਾਨ ਨਾ ਹੋਵਾ ਤਾਂ ਕੀ ਕਰਾਂ, ਜਾਫਰ ਬੇਗ ਨੇ ਮੇਰੀ 16 ਸਾਲਾਂ ਦੀ ਧੀ ਸਲਮਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ, ਪਰੇਸ਼ਾਨ ਨਾ ਹੋਵਾਂ ਤਾਂ ਕਰਾਂ ਕੀ? ਤੇ ਕਹਿੰਦੇ ਘਬਰਾ ਨਾ, ਪ੍ਰਸ਼ਾਦਾ ਛਕ ਦੂੰ, ਕੋਈ ਗੱਲ ਨਹੀਂ, ਇਹਦਾ ਵੀ ਮਸਲਾ ਹੱਲ ਕਰਦੇ ਹਾਂ। ਪ੍ਰਸ਼ਾਦਾ ਛਕਾਇਆ ਭਾਈ ਤਾਰੂ ਸਿੰਘ, ਫਿਰ ਗੁਰਮੁਖ
ਰਾਤ ਨੂੰ ਸਿੰਘਾਂ ਨੂੰ ਬੇਨਤੀ ਕੀਤੀ, ਜਦੋਂ ਪ੍ਰਸ਼ਾਦਾ ਲੈ ਕੇ ਸਿੰਘਾਂ ਵਾਸਤੇ ਗਏ, ਉਹ ਸਿੰਘਾਂ ਨੇ ਫਿਰ ਪੱਟੀ ਦੇ ਸੂਬੇਦਾਰ ਜਾਫਰ ਬੇਗ ਤੇ ਹਮਲਾ ਕੀਤਾ, ਇਹਦੀ ਧੀ ਸਲਮਾ ਨੂੰ ਛਡਾ ਕੇ ਲਿਆਏ। ਤੇ ਇਤਿਹਾਸਕਾਰ ਲਿਖਦੇ ਨੇ ਕਿ ਇਹਦਾ ਡੋਲਾ ਵੀ ਭਾਈ ਤਾਰੂ ਸਿੰਘ ਨੇ ਆਪਣੇ ਹੱਥੀ ਤੋੜਿਆ, ਡੋਲਾ ਵੀ ਇਹਦਾ। ਇਹੋ ਜਿਹੇ ਪੜ ਉਪਕਾਰ। ਤੇ ਇੱਧਰ ਜੇ ਜਕਰੀਆ ਖਾਨ ਨੂੰ ਪਤਾ ਲੱਗਾ ਜਾਫਰ ਬੇਗ ਤੇ ਹਮਲਾ ਹੋਇਆ, ਏਦਾਂ ਇਹਨੇ ਮੀਟਿੰਗ ਸੱਦੀ। ਉਹ ਮੀਟਿੰਗ ਦੇ ਜੇ ਮੇਨ ਮੇਨ ਬੰਦੇ ਸੱਦੇ ਨੇ, ਜਸੂਸ ਸੱਦੇ, ਆਪਣੇ ਗਰਦਾਰ ਲੋਕ ਸੱਦੇ। ਉਹਨਾਂ ਗਰਦਾਰਾਂ ਦੇ ਵਿੱਚ ਸੀ ਗੁਰਮੁਖ ਜੰਡਿਆਲੇ ਦਾ, ਹਰ ਭਗਤ ਨਿਰੰਜਣੀਆ ਨਾਮ ਹਰ ਭਗਤ ਸੀ, ਪਰ ਸਰਕਾਰ ਦਾ ਭਗਤ ਸੀ ਗੁਰਮੁਖ। ਇਹ ਸਰਕਾਰ ਦੇ ਭਗਤ ਨੂੰ ਸੱਦਿਆ, ਉਹਨੂੰ ਆਖਿਆ ਕਹਿੰਦੇ ਕੌਣ ਨੇ ਜਿਨ੍ਹਾਂ ਨੇ ਜਾਫਰ ਬੇਗ ਤੇ ਹਮਲਾ ਕੀਤਾ, ਕੌਣ ਨੇ ਉਹਨੂੰ ਮਾਰਿਆ ਕੁੱਟਿਆ, ਕੌਣ ਨੇ? ਤੇ ਉਸ ਵੇਲੇ ਹਰ ਭਗਤ ਨਿਰੰਜਣੀਆ ਕਹਿੰਦਾ ਇਹ ਸਿੱਖ ਲੋਕ ਨੇ। ਕਹਿੰਦਾ ਉਹਨਾਂ ਦਾ ਮੈਂ ਖੁਰਾ ਖੋਜ ਮਿਟਾ ਦਿੱਤਾ, ਉਹ ਕਿੱਥੋਂ ਆ ਗਏ? ਉਹ ਤਾਂ ਖਤਮ ਹੋ ਗਏ ਨੇ। ਕਹਿੰਦੇ ਖਤਮ ਨਹੀਂ ਹੋਏ, ਅਜੇ ਵੀ ਪਿੰਡਾਂ ਦੇ ਵਿੱਚ ਸਿੱਖ ਨੇ ਜੋ ਉਹਨਾਂ ਨੂੰ ਰਸਤ ਪਾਣੀ ਪਹੁੰਚਾਉਂਦੇ ਨੇ, ਲੀੜਾ ਕੱਪੜਾ ਪਹੁੰਚਾਉਂਦੇ ਨੇ। ਕਹਿੰਦਾ ਦੱਸ ਨਾਮ ਦੱਸ ਕੋਈ। ਕਹਿੰਦਾ ਪੂਲੇ ਪਿੰਡ ਭਾਈ ਤਾਰੂ ਸਿੰਘ ਜੀ। ਉਹ ਸਿੰਘਾਂ ਦੀ ਮਦਦ ਵੀ ਕਰਦਾ ਜੀ, ਆਪਣੇ ਮੂੰਹ ਚ ਬੁੜਕੀਆਂ ਕਰਕੇ ਸਿੰਘਾਂ ਦੇ ਮੂੰਹ ਚ ਪਾਉਂਦਾ ਜੀ, ਆਪ ਭੁੱਖਾ ਰਹਿ ਜਾਵੇ ਉਹਨਾਂ ਨੂੰ ਪ੍ਰਸ਼ਾਦਾ ਦਿੰਦਾ ਜੀ, ਸਰਦੀਆਂ ਚ ਆਪ ਅੱਗ ਸੇਕ ਕੇ ਗੁਜ਼ਾਰਾ ਕਰਦਾ, ਉਹਨਾਂ ਨੂੰ ਗਰਮ ਕੱਪੜੇ ਪਹੁੰਚਾਉਂਦਾ ਜੀ, ਉਹ ਭਾਈ ਤਾਰੂ ਸਿੰਘ। ਤੇ ਕਹਿੰਦੇ ਉੱਥੋਂ ਸਿਪਾਹੀ ਭੇਜੇ, ਫਿਰ ਉੱਥੋਂ ਸਿਪਾਹੀ ਭੇਜੇ ਦਾ ਸਮਾਪਤੀ ਕਰੇ। ਉਹ ਜਦੋਂ ਸਿਪਾਹੀ ਭੇਜੇ ਤੇ ਕਹਿੰਦੇ ਜਦੋਂ ਪੂਲੇ ਪਿੰਡ ਪਹੁੰਚੇ, ਭਾਈ ਤਾਰੂ ਸਿੰਘ ਘਰ ਨਹੀਂ, ਮਾਂ ਤੇ ਭੈਣ, ਭਾਈ ਤਾਰੂ ਸਿੰਘ ਦੀ ਮਾਤਾ ਤੇ ਭੈਣ ਬੀਬੀ ਤਾਰੂ, ਉਹ ਘਰੇ ਨੇ। ਸਿਪਾਹੀਆਂ ਆਖਿਆ ਕਿੱਥੇ ਆ ਵੀ ਤਾਰੂ ਸਿੰਘ, ਕਿੱਥੇ ਮਾਈ ਤੇਰਾ ਪੁੱਤਰ ਕਿੱਥੇ ਆ? ਕਿਹਾ ਬੈਠੋ ਜੀ, ਹੁਣ ਇਹ ਆ ਜਾਂਦਾ, ਪ੍ਰਸ਼ਾਦਾ ਪਾਣੀ ਛਕੋ, ਜਲ ਲੈ ਕੇ ਆਵਾਂ ਜਾਂ ਪ੍ਰਸ਼ਾਦਾ ਲੈ ਕੇ ਆਵਾਂ? ਉਹ ਮਾਂ ਦੇ ਬੋਲਾਂ 'ਚ ਇੱਕ ਮਮਤਾ ਸੀ, ਮਮਤਾ। ਜਦੋਂ ਮਿੱਠੇ ਬੋਲ ਸੁਣੇ ਤੇ ਕਹਿੰਦੇ ਉਹ ਸਿਪਾਹੀ ਵੀ ਥੋੜ੍ਹੇ ਨਾ ਸੁਰ ਨੀਵੀਂ ਹੋ ਗਈ ਸਿਪਾਹੀਆਂ ਦੇ। ਕਹਿੰਦੇ ਮਾਂ, ਅਸੀਂ ਤੇਰੇ ਪੁੱਤਰ ਨੂੰ ਕੋਈ ਮਾਣ ਸਨਮਾਨ ਦੇਣ ਵਾਸਤੇ ਨਹੀਂ ਆਏ, ਤੇਰੇ ਪੁੱਤਰ ਨੂੰ ਫੜਨ ਵਾਸਤੇ ਆਏ ਹਾਂ। ਤੇ ਕੇਵਲ ਤੇਰੇ ਪੁੱਤਰ ਨੂੰ ਫੜਨ ਵਾਸਤੇ ਨਹੀਂ ਆਏ, ਨਾਲ ਸਾਰੇ ਪਰਿਵਾਰ ਨੂੰ ਜਕਰੀਆ ਖਾਨ ਵੱਲੋਂ ਹੁਕਮ ਹੋਇਆ ਨਵਾਬ ਵੱਲੋਂ ਕਿ ਜਿੰਨਾ ਵੀ ਪਰਿਵਾਰ ਹੈ ਭਾਈ ਤਾਰੂ ਸਿੰਘ ਸਾਰੇ ਨੂੰ ਫੜ ਕੇ ਲੈ ਆਵੋ, ਸਾਰੇ ਨੂੰ ਲੈ ਕੇ ਆਓ। ਤੇ ਉਸ ਵੇਲੇ ਪਿੰਡ ਵੇਲੇ ਵੀ ਇਕੱਠੇ, ਭਾਈ ਤਾਰੂ ਸਿੰਘ ਆ ਗਿਆ ਤੇ ਮਾਂ ਕਹਿੰਦੀ ਪੁੱਤਰ ਦਾ ਕਸੂਰ ਕੀ ਆ? ਕਹਿੰਦੇ ਕਸੂਰ ਬਸ ਇੰਨਾ ਕਿ ਉਹ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਉਹਨਾਂ ਦੀ ਸੇਵਾ ਪਿਆ ਕਰਦਾ। ਤੇ ਇੱਧਰ ਗੁਰਮੁਖੋ ਜਦੋਂ ਭਾਈ ਤਾਰੂ ਸਿੰਘ, ਮਾਤਾ ਜੀ, ਭੈਣ ਤੇ ਪਿੰਡ ਵਾਲੇ ਹਿੰਦੂ ਵੀਰ, ਮੁਸਲਮਾਨ, ਹੋਰ ਮਾਈਆਂ ਸਾਰੇ ਇਕੱਠੇ ਹੋ, ਕਹਿੰਦੇ ਖਬਰਦਾਰ, ਜੇ ਭਾਈ ਤਾਰੂ ਸਿੰਘ ਦੀ ਮਾਤਾ ਨੂੰ ਕਿਸੇ ਨੇ ਹੱਥ ਲਾਇਆ, ਇਹ ਕੇਵਲ ਤੇ ਕੇਵਲ ਭਾਈ ਤਾਰੂ ਸਿੰਘ ਦੀ ਮਾਤਾ ਨਹੀਂ, ਇਹ ਸਾਰੇ ਪਿੰਡ ਦੀ ਮਾਤਾ ਹੈ। ਗੱਜ ਕੇ ਆਖੋ ਸਤਨਾਮ। ਕਹਿੰਦੇ ਭੈਣ ਨੂੰ ਤੇ ਭਾਈ ਤਾਰੂ ਸਿੰਘ ਨੂੰ ਲੈ ਜਾਂਦੇ। ਫਿਰ ਪਿੰਡ ਵਾਲੇ ਕਹਿੰਦੇ, ਪਿੰਡ ਦੀਆਂ ਬੀਬੀਆਂ ਬੋਲੀਆਂ, ਕਹਿੰਦੇ ਖਬਰਦਾਰ, ਜੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਕਿਸੇ ਨੇ ਹੱਥ ਲਾਇਆ, ਇਹ ਸਾਡੀ ਧੀ ਵੀ ਹੈ, ਇਹ ਸਾਡੀ ਭੈਣ ਵੀ ਹੈ, ਖਬਰਦਾਰ, ਅਸੀਂ ਟੋਟੇ ਟੋਟੇ ਉਹਦੇ ਕਰ ਦੇਵਾਂਗੇ ਜਿਹਨੇ ਭਾਈ ਤਾਰੂ ਸਿੰਘ ਦੀ ਭੈਣ ਬੀਬੀ ਤਾਰੋ ਨੂੰ ਹੱਥ ਲਾਇਆ। ਹੁਣ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਕਈ ਕਹਿੰਦੇ ਇੱਥੇ ਸਿਪਾਹੀਆਂ ਨੇ, ਕੁਝ ਲੋਕਾਂ ਨੇ ਮਾਇਆ ਵੀ ਦਿੱਤੀ ਤੇ ਕਹਿੰਦੇ ਗ੍ਰਿਫਤਾਰ ਕਰ ਲਿਆ। ਤੇ ਪਿੰਡ ਵਾਲੇ ਕਹਿੰਦੇ ਭਾਈ ਤਾਰੂ ਸਿੰਘ ਹੁਕਮ ਕਰ ਰਹੇ, ਕਿੰਨੇ ਕੁ ਸਿਪਾਹੀ ਨੇ, ਇਹਨਾਂ ਨੂੰ ਇੱਥੇ ਮਾਰ ਕੇ ਮੰਗਾ ਦਿੰਦੇ ਆ। ਭਾਈ ਤਾਰੂ ਸਿੰਘ, ਨਹੀਂ, ਹੁਣ ਇਹਨਾਂ ਨੂੰ ਮਾਰਤਾ, ਕੱਲ ਨੂੰ ਜਕੜੀਆ ਖਾ ਤੁਹਾਡੇ ਤੇ ਜ਼ੁਲਮ ਕਰੇਗਾ, ਫਿਰ ਨਹੀਂ ਲੈ ਗਏ ਜੀ, ਦਸ ਸਮਾਪਤੀ ਕਰੇ।
ਲਾਹੌਰ ਲੈ ਗਏ, ਕਈ ਤਰ੍ਹਾਂ ਦੇ ਲਾਲਚ ਦਿੱਤੇ, ਕਈ ਤਰ੍ਹਾਂ ਦੇ ਤਸੀਹੇ ਦਿੱਤੇ, ਬਹੁਤ ਤਸੀਹੇ ਦਿੱਤੇ, ਲਾਲਚ ਦਿੱਤੇ, ਬੜਾ ਸਤਾਇਆ ਭਾਈ ਤਾਰੂ ਸਿੰਘ ਨੂੰ। ਜਿਮ ਜਿਮ ਸਿੰਘ ਕੋ ਤੁਰਕ ਸਤਾਵੇ, ਤਿਮ ਤਿਮ ਸਿੰਘ ਮੁੱਖ ਲਾਲੀ ਆਵੇ। ਕੁਝ ਖਾਣ ਪੀਣ ਨੂੰ ਕੁਝ ਦਿੱਤਾ, ਜਿਮ ਜਿਮ ਕਸ਼ ਸਿੰਘ ਪੀਏ ਨਾ ਖਾਏ, ਤਿਮ ਤਿਮ ਸਿੰਘ ਸੰਤੋਖ ਹੈ ਆਏ। ਜਿਉਂ ਜਿਉਂ ਉਹ ਤੰਗ ਕਰਦੇ ਨੇ, ਤਸੀਹੇ ਦਿੰਦੇ ਨੇ, ਭਾਈ ਤਾਰੂ ਸਿੰਘ ਦੇ ਚਿਹਰੇ ਤੇ ਲਾਲੀ ਆਉਂਦੀ ਹੈ। ਜਿਮ ਜਿਮ ਸਿੰਘ ਕੋ ਤੁਰਕ ਸਤਾਵੇ, ਤਿਮ ਤਿਮ ਸਿੰਘ ਮੁੱਖ ਲਾਲੀ ਆਵੇ, ਜਿਹੜਾ ਨਿਖੜਦਾ ਹੈ। ਜਿਉਂ ਜਿਉਂ ਉਹ ਭੁੱਖੇ ਰੱਖਦੇ ਨੇ, ਪਿਆਸੇ ਰੱਖਦੇ ਨੇ, ਤਿਉਂ ਤਿਉਂ ਸੰਤੋਖ ਆਉਂਦਾ ਹੈ। ਅਖੀਰ ਵੇਖਿਆ ਨਹੀਂ ਗੱਲ ਬਣੀ, ਕਿਤੇ ਇਸਲਾਮ ਕਬੂਲ ਕਰ ਲਾ, ਤੂੰ ਮੁਸਲਮਾਨ ਬਣ ਜਾ। ਨਵਾਬ ਕਹੇ ਤੂੰ ਹੋ ਮੁਸਲਮਾਨ, ਤੂੰ ਬਖਸ਼ਾਂਗਾ ਤੁਮਰੀ ਜਾਨ। ਸਿੰਘ ਕਹੇ ਉਹ ਹਮ ਡਰ ਕੇ ਆ ਜਾਣਾ, ਹਮ ਹੋਵੇ ਕਿ ਮੈਂ ਮੁਸਲਮਾਨਾਂ। ਅਸੀਂ ਕਿਸੇ ਨੂੰ ਡਰਦੇ ਨਹੀਂ, ਮੈਂ ਕਿਉਂ ਮੁਸਲਮਾਨ ਬਣਾ। ਰਤਨ ਸਿੰਘ ਭੰਗੂ ਨੇ ਬੜੀਆਂ ਸੋਹਣੀਆਂ ਗੁਰਮੁਖ ਲੈਣਾ ਲਿਖੀਆਂ, ਕਿਉਂ ਮੁਸਲਮਾਨ ਹੋਵਾਂ। ਤੇ ਕਹਿੰਦੇ ਅਖੀਰ ਤੇ ਫਿਰ ਇਹ ਖੋਪੜੀ ਲਾਹੁਣ ਦਾ ਹੁਕਮ ਹੋ ਗਿਆ, ਇਹ ਸਮਾਂ ਹੋ ਗਿਆ ਦਸ ਦਾ, ਖੋਪੜੀ ਲਾਹੁਣ ਦਾ ਫਿਰ ਅਖੀਰ ਤੇ ਹੁਕਮ ਹੋ ਗਿਆ। ਲਾਹੌਰ ਚੌਂਕ ਦੇ ਵਿੱਚ ਫਿਰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਗਈ, ਉੱਥੇ ਖੋਪੜੀ ਉਤਾਰ ਕੇ ਫਿਰ ਸੁੱਟ ਦਿੱਤਾ। ਤੇ ਇੱਧਰ ਜਕਰੀਏ ਖਾਨ ਦੇ ਬੰਨ ਪੈ ਗਿਆ ਗੁਰਮੁਖੋ, ਕਿ ਭਾਈ ਤਾਰੂ ਸਿੰਘ ਨੇ ਕਹਿਤਾ ਸੀ ਜਦੋਂ ਕੇਸਾਂ ਦੇ ਬਾਰੇ ਅਪ ਸ਼ਬਦ ਬੋਲੇ ਸੀ ਨਾ ਜਕਰੀਏ ਖਾਨ ਨੇ, ਫਿਰ ਭਾਈ ਤਾਰੂ ਸਿੰਘ ਨੇ ਆਖਿਆ ਤੈਨੂੰ ਜੁੱਤੀ ਦੀ ਨੋਕ ਤੇ ਰਾਏ ਲੈ ਕੇ ਨਰਕ ਨੂੰ ਪਹਿਲਾਂ ਭੇਜਾਂਗਾ, ਮੈਂ ਬਾਅਦ ਚ ਸਤਿਗੁਰ ਦੇ ਚਰਨਾਂ 'ਚ ਜਾਵਾਂਗਾ, ਤੈਨੂੰ ਨਰਕ 'ਚ ਪਹਿਲਾਂ ਭੇਜਾਂਗਾ ਜੁੱਤੀ। ਫਿਰ ਵਿੱਚੋਂ ਬੜੇ ਇਲਾਜ ਕਰਾਏ ਜਕਰੀਏ ਖਾਨ ਨੇ, ਬੜੇ ਹਕੀਮ ਸੱਦੇ, ਫੜਕਣੀ ਦਿਨਾਂ ਦਿਨ ਰੋਗ ਵੱਧਦਾ ਗਿਆ। ਤੇ ਕਹਿੰਦੇ ਫਿਰ ਅਖੀਰ 'ਚ ਦੱਸਿਆ ਕਿਸੇ ਨੇ, ਉਹ ਭਾਈ ਤਾਰੂ ਸਿੰਘ ਨਿਰਵੈਰ ਆਤਮਾ ਸੀ, ਗੁਰੂ ਦਾ ਪਿਆਰਾ ਸਿੱਖ ਸੀ, ਤੂੰ ਉਹਨੂੰ ਤਸੀਹੇ ਦਿੱਤੇ ਨੇ, ਉਹਦੇ ਨਾਲ ਵਧੀਕੀ ਕੀਤੀ ਹੈ, ਇਹ ਜ਼ੁਲਮ ਦੀ ਤੇਰੀ ਸਜ਼ਾ ਹੈ, ਤੈਨੂੰ ਇਹ ਤੇਰੇ ਪਾਪ ਦੀ ਸਜ਼ਾ ਹੈ। ਪੜ੍ਹਦੇ ਨਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਹੁਣ ਹਾਏ ਹਾਏ ਕਰਦਾ ਜਕਰੀਆ ਖਾਂ। ਦੱਸਿਆ ਕਹਿੰਦਾ ਲਿਆਓ ਉਹਦੇ ਛਿੱਤਰ ਲਿਆਓ, ਫਿਰ ਕਹਿੰਦੇ ਜਿਉਂ ਛਿੱਤਰ ਵੱਜਦਾ ਹੈ, ਸ਼ਾਪ ਨਿਕਲਦਾ ਹੈ, ਰਾਤ ਮਿਲਦੀ ਹੈ, ਫਿਰ ਕੁਛ ਸਮੇਂ ਬਾਅਦ ਕਿਰਿਆ ਹੈ, ਫਿਰ ਕੁਛ ਸਮੇਂ ਬਾਅਦ ਜ਼ੋਰ ਪੈਂਦਾ, ਫਿਰ ਸਿਰ 'ਚ ਛਿੱਤਰ ਵੱਜਦੇ ਨੇ। ਐਡਾ ਦੁਖੀ ਹੋ ਗਿਆ, ਕੋਈ ਦਿਨ ਛਿੱਤਰ ਖਾਂਦਾ ਰਿਹਾ, ਐਡਾ ਦੁਖੀ ਹੋ ਗਿਆ, ਕਈਆਂ ਨੇ ਵੀਹ ਦਿਨ ਲਿਖਿਆ, ਕਈਆਂ ਨੇ ਇੱਕੀ ਦਿਨ ਲਿਖਿਆ, ਕਈਆਂ ਨੇ ਹੋਰ ਥੋੜ੍ਹਾ ਘੱਟ ਲਿਖਿਆ ਗੁਰਮੁਖੋ, ਚਲੋ ਜਿੰਨੇ ਦਿਨ ਵੀ ਛਿੱਤਰ ਖਾਂਦਾ ਰਿਹਾ, ਇੱਕ ਦਿਨ ਐਡਾ ਦੁਖੀ ਹੋ ਗਿਆ, ਛਿੱਤਰ ਖਾ ਕੇ ਮੱਤ ਮਾੜੀ ਕੀਤੀ ਨਾ, ਕੀ ਕਹਿੰਦਾ ਆਪਣੇ ਸਿਪਾਹੀ ਨੂੰ ਆਪੇ, ਕਹਿੰਦਾ ਕਹਿੰਦਾ ਮੇਰੀਆਂ ਬਾਹਾਂ ਬੰਨ੍ਹੋ, ਮੇਰੇ ਸਿਰ 'ਤੇ ਛਿੱਤਰ ਮਾੜੀ ਜਾਓ ਮਾੜੀ ਜਾਓ, ਮੇਰਾ ਪੱਕਾ ਇੱਕ ਵਾਰੀ ਇਲਾਜ ਕਰ ਦਿਓ, ਮੈਂ ਜਿੰਨਾ ਮਰਜ਼ੀ ਤੁਹਾਨੂੰ ਕਹਾਂ ਬਸ ਕਰੋ ਬਸ ਕਰੋ, ਮੇਰੀ ਗੱਲ ਨਹੀਂ ਸੁਣਨੀ ਤੁਸੀਂ, ਜਿੰਨਾ ਮਰਜ਼ੀ ਕਹਾਂ, ਵੇਖੋ ਪਾਪੀ ਜਿੰਨਾ ਮਰਜ਼ੀ ਕਹਾਂ ਮੇਰੀ ਗੱਲ ਨਹੀਂ ਸੁਣਨੀ, ਮੇਰੇ ਬਾਹਾਂ ਬੰਨ੍ਹ ਦਿਓ, ਮੈਂ ਜਿੰਨਾ ਮਰਜ਼ੀ ਕੁੜਲਾਵਾਂ, ਮੇਰਾ ਹੁਕਮ ਜੇ ਤੁਹਾਨੂੰ ਤੁਸੀਂ ਬਸ ਨਹੀਂ ਕਰਨੀ। ਤੇ ਕਹਿੰਦੇ ਸਿਪਾਹੀਆਂ ਨੇ ਹੁਕਮ ਮੰਨਣਾ ਸੀ, ਬਾਹਾਂ ਦੀਆਂ ਬੰਨ੍ਹਤੀਆਂ, ਛਿੱਤਰ ਮੰਨ ਦੇ ਤੇਰੀ ਛਿੱਤਰ ਤੇ ਛਿੱਤਰ ਛਿੱਤਰ ਤੇ ਛਿੱਤਰ, ਇਹ ਬਥੇਰਾ ਕਿ ਬਸ ਕਰੋ ਬਸ ਕਰੋ, ਪਰ ਹੁਕਮ ਸੀ ਪਹਿਲਾਂ ਹੁਕਮ ਕਰਤਾ ਸੀ, ਜਿੰਨਾ ਮਰਜ਼ੀ ਕਹਾਂ ਤੁਸੀਂ ਮੇਰੀ ਗੱਲ ਨਹੀਂ ਸੁਣਨੀ। ਕਹਿੰਦੇ ਛਿੱਤਰ ਖਾ ਖਾ ਕੇ ਜਕਰੀਏ ਖਾਂ ਦੀ ਮੌਤ ਹੋ ਗਈ, ਕਿਉਂ ਇੱਕ ਸਾਧ ਬਚਨ ਅਟ ਲਾਧਾ ਸਹਿ ਸੁਭਾਈ, ਉਹ ਬਚਨ ਨਿਕਲਿਆ। ਇੱਧਰ ਸਿੰਘਾਂ ਨੇ ਦੱਸਿਆ ਭਾਈ ਸਾਹਿਬ ਜੀ ਨੇ, ਭਾਈ ਸਾਹਿਬ ਜੀ ਉਹ ਪਾਪੀ ਨਰਕ ਸੁਧਾਰ ਗਿਆ ਹੈ, ਤੁਹਾਡਾ ਇਲਾਜ ਕਰਾਈਏ। ਕਹਿੰਦੇ ਇਲਾਜ ਨਹੀਂ, ਕੋਈ ਇੱਛਾ? ਕਹਿੰਦੇ ਹਾਂ ਇੱਕ ਇੱਛਾ ਹੈ। ਕਹਿੰਦੇ ਉਹ ਕੀ? ਕਹਿੰਦੇ ਮੈਂ ਛੋਟਾ ਹੁੰਦਾ ਸੀ, ਮੇਰੀ ਮਾਂ
ਮੇਰੀ ਉਂਗਲ ਫੜ ਕੇ ਮੈਨੂੰ ਗੁਰੂ ਰਾਮਦਾਸ ਦੇ ਦਰ ਤੇ ਖੜਿਆ ਕਰਦੀ ਸੀ ਮੇਰੀ ਮਾਂ ਮੈਨੂੰ। ਹਾਂ ਜੇ ਕੁਝ ਕਰਨਾ, ਜੇ ਗੁਰੂ ਰਾਮਦਾਸ ਦੇ ਦਰ ਦਾ ਅੰਮ੍ਰਿਤ ਲਿਆ ਕੇ ਮੈਨੂੰ ਇਸ਼ਨਾਨ ਕਰਾ ਦਿਓ। ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਮੇਰੀ ਮਾਂ ਮੇਰੀ ਉਂਗਲ ਫੜ ਕੇ ਮੈਨੂੰ ਗੁਰੂ ਰਾਮਦਾਸ ਦੇ ਘਰ ਖੜਿਆ ਕਰਦੀ ਸੀ ਤੇ ਗੁਰੂ ਰਾਮਦਾਸ ਦੇ ਚਰਨਾਂ ਦੇ ਬੇਨਤੀ ਕਰਦੀ ਹੁੰਦੀ ਸੀ, ਗੁਰੂ ਰਾਮਦਾਸ ਜੀ ਕਿਰਪਾ ਕਰਿਓ, ਰਹਿਮਤ ਕਰਿਓ, ਤਰਸ ਕਰਿਓ, ਮੇਰੇ ਪੁੱਤਰ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਬਜਾਵੇ। ਅੱਜ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਇਹੋ ਜੀ ਜੇ ਇੱਕ ਵਾਰ ਗੁਰੂ ਰਾਮਦਾਸ ਦੇ ਦਰ ਤੋਂ ਅੰਮ੍ਰਿਤ ਲਿਆ ਕੇ ਇਸ਼ਨਾਨ ਕਰਾ ਦਿਓ। ਸਿੰਘ ਗਏ ਜੀ ਇੱਥੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤ ਲੈ ਕੇ ਆਏ, ਭਾਈ ਤਾਰੂ ਸਿੰਘ ਨੂੰ ਇਸ਼ਨਾਨ ਕਰਾਇਆ, ਉੱਥੇ ਫਿਰ ਇਸ਼ਨਾਨ ਕਰਾ ਕੇ ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਗੁਰਮੁਖੋ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪਣੇ ਇਹ ਸੰਸਾਰ ਰੂਪੀ ਗੁਰਮੁਖੋ ਇਹ ਚੋਲਾ ਹੈ ਗੁਰਮੁਖੋ ਇਹ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਦਿੱਤਾ। ਸਤਿਗੁਰ ਦੇ ਚਰਨਾਂ ਜਾਪ ਰਾਜੇ ਭਾਈ ਤਾਰੂ ਸਿੰਘ ਜੀ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਗੁਰਮੁਖੋ ਸਤਿਗੁਰ ਮਿਹਰ ਕਰਨ ਰਹਿਮਤ ਕਰਨ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ। ਸਤਿਗੁਰ ਰਹਿਮਤ ਕਰਨ, ਸਤਿਗੁਰ ਬਖਸ਼ਿਸ਼ ਕਰਨ, ਸਾਰਿਆਂ ਦੀ ਸਤਿਗੁਰੂ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਜਿੰਨੇ ਵੀ ਭਾਈ ਤਾਰੂ ਸਿੰਘ ਸ਼ਹੀਦੀ ਨੂੰ ਗੁਰਮੁਖੋ ਮੁੱਖ ਰੱਖ ਕੇ ਇਸ ਸਥਾਨ ਦੀ ਚਰਨ ਧੂੜ ਲੈਣ ਵਾਸਤੇ ਆਏ ਨੇ, ਸਤਿਗੁਰੂ ਮੇਰੇ ਸ਼ਹੀਦ ਸਿੰਘ ਸਾਰਿਆਂ 'ਤੇ ਕਿਰਪਾ ਕਰਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਜੋ ਸਾਰੀ ਇੱਥੋਂ ਦੀ ਕਾਰ ਸੇਵਾ ਕਰਾ ਰਹੇ, ਨਾਲ ਬਾਬਾ ਹਰਮਿੰਦਰ ਸਿੰਘ ਜੀ ਸਾਰੀ ਕਾਰ ਸੇਵਾ ਕਰਾ ਰਹੇ ਨੇ, ਸਾਡੇ ਸਤਿਕਾਰਯੋਗ ਜੋ ਅੱਜ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਨੇ, ਸਾਡੇ ਗੋਗਾ ਵੀਰ ਜੀ ਬਹੁਤ ਹੀ ਪ੍ਰੇਮ ਦੇ ਨਾਲ ਗੁਰਮੁਖੋ ਆਪ ਕਥਾ ਵੀ ਕਰਦੇ ਨੇ, ਕੀਰਤਨ ਵੀ ਕਰਦੇ ਨੇ, ਹੋਰ ਵੀ ਮਹਾਂਪੁਰਖਾਂ ਨੂੰ ਬੇਅੰਤ ਸੇਵਾਵਾਂ ਨਿਭਾ ਰਹੇ ਨੇ। ਅਤੇ ਸਾਡੇ ਸਤਿਕਾਰਯੋਗ ਵੀਰ ਭੁਪਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ, ਉਹਨਾਂ ਨੇ ਵੀ ਆਪ ਸੰਗਤਾਂ ਦਰਸ਼ਨ ਕਰਨੇ ਨੇ। ਆਓ ਜੀ ਦਾਸ ਕੋਲ ਵਿਚਾਰ ਕਰਨੇ, ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ, ਮੇਰੇ ਸਤਿਗੁਰੂ ਬਖਸ਼ਣ ਯੋਗ ਨੇ, ਸਤਿਗੁਰੂ ਦੀ ਇਹ ਸਾਹ ਸੰਗਤ ਵੀ ਬਖਸ਼ਣ ਯੋਗ ਹੈ। ਅੱਜ ਆਪਣੀ ਅਰਦਾਸ ਕਰਿਓ ਸਤਿਗੁਰੂ ਦੇ ਚਰਨ ਨਾਲ ਦਾਸ ਗਰੀਬ ਦੀ, ਮਹਾਰਾਜ ਕਿਰਪਾ ਕਰੋ ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਬਜਾਵੇ, ਸਤਿਗੁਰੂ ਰਹਿਮਤ ਕਰਨ ਭੁੱਲਾਂ ਬਖਸ਼ੋ ਜੀ, ਬਖਸ਼ਦੇ ਉਦੋਂ ਵੀ ਹੱਥ ਜੁੜ ਕੇ ਦਿਓ ਅਸੀਸ, ਪ੍ਰਵਾਨੋ ਫਤਿਹ ਪਿਆਰ ਚਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।